ਹੈਲੋ ਜੀ, ਅਸਲਾਮ ਵਾਲੇਕੁਮ। ਕੀ ਹਾਲ ਚਾਲ ਨੇ ਸਾਰਿਆਂ ਦੇ? ਉਮੀਦ ਕਰਦਾ ਸਾਰੇ ਵਧੀਆ ਹੋਣਗੇ ਜੀ। ਅਤੇ ਅੱਜ ਜਾ ਰਹੇ ਹਾਂ ਸ਼ਾਦੀ 'ਤੇ, ਅਤੇ ਮੇਰੀ ਸ਼ਾਦੀ ਤੋਂ ਥੋੜ੍ਹੇ ਦਿਨਾਂ ਬਾਅਦ ਸੁਸਰਾਲ 'ਚ ਵੀ ਸ਼ਾਦੀ ਹੈਗੀ ਜੀ, ਉੱਥੇ ਜਾ ਰਹੇ ਹਾਂ। ਅਤੇ ਉਹਨਾਂ ਨੇ ਇਨਵਾਈਟ ਕੀਤਾ ਸੀਗਾ, ਤਿਆਰੀ ਸ਼ਿਆਰੀ ਕਰਨ ਲੱਗੇ ਹਾਂ। ਅਤੇ ਖਾਲਸਾ ਥੋੜ੍ਹੀ ਮੈਂ ਕਰਾ ਕੇ ਆਇਆ, ਮੈਂ ਕਹਿੰਦਾ ਨਾਗ ਲਈਏ ਅਤੇ ਫਿਰ ਨਿਕਲਦੇ ਹਾਂ। ਅਤੇ ਗੱਡੀ ਕਾਫੀ ਜ਼ਿਆਦਾ ਗੰਦੀ ਹੋਈ ਸੀ, ਉਹ ਵੀ ਮੈਂ ਸਾਫ਼ ਸੂਫ ਕਰ ਲਈ ਹੈ। ਅਤੇ ਹੁਣ ਇੱਥੇ ਆਪਣਾ ਰੱਖਿਆ, ਇੱਧਰ ਕੋਟ ਛੋਟ ਪਿਆ, ਕੱਪੜੇ ਪਏ ਨੇ, ਅਤੇ ਹੁਣ ਨਹਾਉਣ ਨਹਾਉਣ ਲੱਗਾ ਵਾਂ। ਅਤੇ ਨਹਾਉਂਦੇ ਹਾਂ ਅਤੇ ਤੁਹਾਨੂੰ ਸਾਰਾ ਸ਼ੇਅਰ ਕਰਦੇ ਹਾਂ, ਤਿਆਰ ਸ਼ਿਆਰ ਹੋ ਕੇ ਤੁਹਾਨੂੰ ਸ਼ੇਅਰ ਕਰਾਂਗੇ ਜੀ। ਅਤੇ ਫੈਸਲਾਬਾਦ ਜਾਣਾ ਅਤੇ ਵਲੋਗ ਸਾਰਾ ਬਣਾਉਂਦੇ ਰਹਾਂਗੇ ਉੱਥੇ ਵੀ। ਅਤੇ ਆਈ ਹੋਪ ਤੁਸੀਂ ਵੀਡੀਓ ਨੂੰ ਇੰਜੋਏ ਕਰੋਗੇ, ਅਤੇ ਵੀਡੀਓ ਅੱਛੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈੱਲ ਆਈਕੋਨ ਦਬਾਓ ਤਾਂ ਕਿ ਅੱਛੀ ਅੱਛੀ ਵੀਡੀਓ ਬਣਾਉਂਦੇ ਰਹੀਏ, ਤੁਹਾਨੂੰ ਸ਼ੇਅਰ ਕਰਦੇ ਰਹੀਏ। ਅਤੇ ਬੱਦਲ ਸ਼ੱਦਲ ਵਾਹਵਾ ਹੋਏ ਨੇ, ਆਹ ਵੇਖੋ ਬੱਦਲ ਸ਼ੱਦਲ ਕਾਫੀ ਜ਼ਿਆਦਾ ਹੋਏ ਨੇ। ਗੱਡੀ ਸਾਫ਼ ਕੀਤੀ ਸੀ ਮੈਂ, ਲੇਕਿਨ ਤਾਂ ਸੁਬਹਾ ਸੁਬਹਾ ਹੀ ਮੈਂ ਗਾੜੀ ਸਾਫ਼ ਕੀ ਹੈ, ਤੋ ਇਹ ਦੇਖੇ ਕਾਫੀ ਜ਼ਿਆਦਾ ਅਭੀ ਵੀ ਗੰਦੀ ਹੈ। ਉਹਨਾਂ ਸੇ ਮੁਝੇ ਲੱਗਤਾ ਧਲਾਨੀ ਬਣਨੀ ਹੈ, ਤੋ ਇਤਨਾ ਟਾਈਮ ਮੁਝੇ ਮਿਲਾ ਨਹੀਂ ਹੈ। ਆਪਣੀ ਤਰਫ ਸੇ ਮੈਂ ਥੋੜ੍ਹੀ ਬਹੁਤ ਸਾਫ਼ ਕਰ ਲਈ ਹੈ, ਤੋ ਵਹਾਂ ਜਾ ਕੇ ਇਸਕੋ ਧਲਾਏਂਗੇ ਤੋ ਸਾਫ਼ ਸੂਫ ਹੋ ਜਾਏਗੀ। ਅਭੀ ਕਾਫੀ ਜ਼ਿਆਦਾ ਗੰਦੀ ਹੋਈ ਹੈ। ਤੋ ਇਹ ਹੈ ਜੀ ਪਿਸ਼ਾਵਰੀ ਚੱਪਲ, ਤੋ ਅਭੀ ਇਸਕੋ ਪਹਿਨ ਲੈਤੇ ਹੈ ਔਰ ਕੋਟ ਛੋਟ ਵੇਅਰ ਕਰਤੇ ਹੈ। ਇਹ ਮੇਰਾ ਕੋਟ ਹੈ, ਚੀਜ਼ ਯਹਾਂ ਪੇ ਥੋੜ੍ਹੀ ਬਿਖਰੀ ਪੜੀ ਹੋਈ ਹੈ। ਇਹ ਕੋਟ ਸਾਥ ਪਹਿਨ ਲੈਤੇ ਹੈ, ਤੋ ਯੇ ਇਸਕੇ ਸਾਥ ਮੈਚਿੰਗ ਮੇਂ ਯੇ ਦੇਖੇ, ਇਸਕੇ ਸਾਥ ਅੱਛਾ ਲੱਗੇਗਾ। ਅਭੀ ਪਹਿਨ ਕੇ ਆਪਕੋ ਮੈਂ ਦਿਖਾਤਾ ਹੂੰ। ਨਾ ਆਪ ਇਸ ਪੇ ਬੈਠੇ ਹੋਏ ਕਿਆ ਕਰ ਰਹੇ? ਇਸ ਪੇ ਬੈਠ ਗਏ ਕਿਆ ਕਰਨੇ? ਝੂਲੇ ਲੈ ਲਓ, ਇਸ ਪੇ ਗਿਰਨਾ ਯਹਾਂ ਸਹੀ ਹੈ। ਮੈਂ ਵੀਡੀਓ ਬਣਾ ਲੈਤਾ ਹੂੰ। ਤੋ ਅਭੀ ਤਿਆਰ ਸ਼ਿਆਰ ਹੋ ਗਏ ਜੀ, ਤੋ ਜਾਣੇ ਲੱਗੇ ਹੈ, ਸ਼ੂਜ਼ ਪਹਿਨਤੇ ਹੈ। ਤੋ ਉੱਧਰ ਮੀਜ ਅਭੀ ਯਹਾਂ ਪੇ ਖੇਲ ਮਿਲ ਰਹਾ ਹੈ ਯਹਾਂ ਪੇ, ਯੇ ਦੇਖੇ ਅਦਰ ਵੀ ਪੰਗੇ ਲੈ ਰਹੇ ਹੋ। ये देखिए अब्दुल मीर यहाँ पे, इसको खड़ा कर लेते हैं। आए पाँव पीछे पका, पाँव पाँव नीचे आ जाना। अब ये देखो ऐसे चलाओ वो और करो, ये देखो
फाइनली मेहंदी अभी ख़त्म हो चुकी है, तो अभी हम लोग पहुंच चुके हैं ये चाय पीने के लिए, तो चाय पीते हैं उसके बाद हम लोग रेस्ट करेंगे और सुबह बारात के लिए निकलना है, तो चाय पी के अभी हम लोग जाने लगे हैं।